Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਮੰਮੀ ਜੀ, ਮੈਨੂੰ ਲੱਗਦਾ ਸਾਰਾ ਨਾ ਤੁਹਾਡੇ ਕੁੰਡਲੀ ਦੋਸ਼ ਕਰਕੇ ਹੋ ਰਿਹਾ। ਪਹਿਲਾਂ ਦੇਖੋ, ਤੁਹਾਨੂੰ ਸਾੜੀ ਨਾਲ ਫਾ ਲੱਗਣ ਵਾਲਾ ਸੀ ਤੇ ਹੁਣ ਇਸ ਟੇਬਲ ਲੈਂਪ ਤੋਂ ਤੁਹਾਨੂੰ ਕਰੰਟ ਲੱਗ ਗਿਆ। ਵਰਨਾ ਮੰਮੀ ਜੀ, ਤੁਸੀਂ ਬੜੇ ਟੀਟ ਹੋ, ਹਰ ਵਾਰ ਮੌਤ ਨੂੰ ਮਾਤ ਦੇ ਦਿੰਦੇ ਹੋ। ਪਿੱਟੀ, ਤੂੰ ਕਹਿਣਾ ਕੀ ਚਾਹੁੰਦੀ ਹੈ ਕਿ ਦੀਦੀ ਜੀ ਮਰ ਜਾਣ? ਨਹੀਂ ਮਾਮਾ ਜੀ, ਮੇਰਾ ਕਹਿੰਦਾ ਉਹ ਮਤਲਬ ਨਹੀਂ ਸੀ। ਮੈਂ ਤਾਂ ਬਸ ਇਹ ਕਹਿਣਾ ਚਾਹੁੰਦੀ ਸੀ ਕਿ ਮੰਮੀ ਜੀ ਕਿੰਨੇ ਲੱਕੀ ਨੇ ਨਾ, ਹਰ ਵਾਰ ਸੇਫ ਹੋ ਜਾਂਦੇ ਨੇ। ਤੇ ਹੋਰ ਕੀ, ਮੇਰੇ ਦੀਦੀ ਜੀ ਹੈ ਹੀ ਇੰਨੇ ਚੰਗੇ ਨੇ, ਉਹਨਾਂ ਨੇ ਇੰਨੇ ਚੰਗੇ ਕਰਮ ਕੀਤੇ ਨੇ ਕਿ ਰੱਬ ਆਪ ਉੱਪਰੋਂ ਆ ਕੇ ਉਹਨਾਂ ਦੀ ਰੱਖਿਆ ਕਰਦਾ ਹੈ। ਵੈਸੇ ਮੈਂ ਸੁਣਿਆ ਜਿਹੜੇ ਜ਼ਿਆਦਾ ਪਾਪ ਕਰਦੇ ਨੇ ਨਾ, ਉਹ ਜ਼ਿਆਦਾ ਲੰਬਾ ਚੀਂਦੇ ਨੇ। ਤੇ ਤੇਰੀ ਭੈਣ ਨੇ ਵੀ ਨਾ ਘੱਟ ਪਾਪ ਨਹੀਂ ਕੀਤੇ, ਸੋ ਇਹਦਾ ਭੁਗਤਾਨ ਤਾਂ ਨਾ ਇਹਨੂੰ ਇੱਥੇ ਹੀ ਭਰਨਾ ਪਏਗਾ। ਚਲੋ ਹੁਣ ਮੰਮਾ ਨੂੰ ਰੈਸਟ ਕਰਨ ਦਿਓ, ਕਾਫੀ ਡਰੇਨਡ ਆਊਟ ਲੱਗ ਰਹੇ ਨੇ। ਇਹ ਤਾਂ ਚੰਗਾ ਹੋਇਆ ਵਾਇਰ ਟੱਚ ਹੋ ਕੇ ਪਰੇ ਹੋ ਗਈ, ਤੇ ਨਾਲ ਚਿਪਕ ਜਾਂਦੀ ਤਾਂ ਕਾਫੀ ਨੁਕਸਾਨ ਹੋ ਸਕਦਾ ਸੀ। ਤੂੰ ਸਹੀ ਕਹਿ ਰਿਹਾ ਦੇਵਾਂਸ਼, ਤੁਹਾਨੂੰ ਸਾਰਿਆਂ ਨੂੰ ਮੰਮੀ ਜੀ ਦੀ ਤਾਂ ਫਿਕਰ ਹੈ, ਪਰ ਕਿਸੇ ਨੇ ਇਹ ਸੋਚਿਆ ਜੇ ਮੰਮੀ ਜੀ ਦੀ ਜਗ੍ਹਾ ਇਹ ਕਰਨ ਦ੍ਰਿਸ਼ਟੀ ਨੂੰ ਲੱਗ ਜਾਂਦਾ? ਫਿਰ ਤੁਹਾਨੂੰ ਸਾਰਿਆਂ ਨੂੰ ਤਾਂ ਮੰਮੀ ਜੀ ਦਾ ਥੈਂਕ ਯੂ ਕਰਨਾ ਚਾਹੀਦਾ, ਉਹਨਾਂ ਦੇ ਕਰਕੇ ਅੱਜ ਦ੍ਰਿਸ਼ਟੀ ਦੀ ਜਾਨ ਬਚ ਗਈ। ਜੇ ਮੰਮੀ ਜੀ ਵਿੱਚ ਨਹੀਂ ਨਾ ਆਉਂਦੇ, ਇਹ ਕਰੰਟ ਦ੍ਰਿਸ਼ਟੀ ਨੂੰ ਲੱਗਣਾ ਸੀ। ਨੀਲਮ ਠੀਕ ਕਹਿ ਰਹੀ, ਜੇ ਦ੍ਰਿਸ਼ਟੀ ਨੂੰ ਅੱਜ ਕੁਛ ਹੋ ਜਾਂਦਾ ਤਾਂ ਮੈਂ ਪੰਡਿਤ ਜੀ ਨੂੰ ਕੀ ਜਵਾਬ ਦਿੰਦੀ? ਜਦ ਤੱਕ ਦ੍ਰਿਸ਼ਟੀ ਦਾ ਡੈਡ ਜ਼ਿੰਦਾ ਹੈ ਨਾ, ਦ੍ਰਿਸ਼ਟੀ ਨੂੰ ਕੁਛ ਨਹੀਂ ਹੋ ਸਕਦਾ। ਜਿੱਦਾਂ ਨੈਣ ਮੇਰੀ ਰੱਖਿਆ ਕਵਚ ਹੈ, ਉਦਾਂ ਹੀ ਮੈਂ ਆਪਣੀ ਧੀ ਦਾ ਰੱਖਿਆ ਕਵਚ ਹਾਂ। ਮੇਰੇ ਦੀਦੀ ਜੀ ਤਾਂ ਇੰਨੇ ਚੰਗੇ ਨੇ ਦਿਵਾਂਸ਼ ਦੇ ਬੱਚਿਆਂ ਵਾਸਤੇ, ਇੱਕ ਵਾਰੀ ਕੀ 100 ਵਾਰੀ ਆਪਣੀ ਜਾਨ ਕੁਰਬਾਨ ਕਰ ਦੇਣ। ਕਿਉਂਕਿ ਮੇਰੇ ਦੀਦੀ ਜੀ ਇਸ ਪਰਿਵਾਰ ਨਾਲ ਪਿਆਰ ਹੀ ਇੰਨਾ ਕਰਦੇ ਨੇ। ਬਸ ਕੁਛ ਲੋਕ ਨੇ ਇਸ ਘਰ ਤੇ ਜਿਹੜੇ ਮੇਰੇ ਦੀਦੀ ਜੀ ਦਾ ਪਿਆਰ ਸਮਝ ਹੀ ਨਹੀਂ ਪਾਉਂਦੇ। ਪੋਪੀ, ਛੱਡ ਇਹਨਾਂ ਗੱਲਾਂ ਨੂੰ, ਤੂੰ ਮੈਨੂੰ ਮੇਰੇ ਕਮਰੇ 'ਚ ਲੈ ਚੱਲ, ਮੈਂ ਤਾਂ ਆਪਣੇ ਬੱਚਿਆਂ ਦਾ ਭਲਾ ਕਰਦੇ ਹੀ ਰਹਿਣਾ, ਬੱਚੇ ਭਾਵੇਂ ਇਸ ਗੱਲ ਦੀ ਕਦਰ ਪਾਉਣ ਜਾਂ ਨਾ ਪਾਉਣ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।